ਤਰਨਤਾਰਨ ਵਾਲੇ ਐਸਐਸਪੀ ਦੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਕਿ ਸਰਕਾਰ ਖੜੀ ਕਿਹੜੇ ਪਾਸੇ ਆ ਉਹ ਸਾਰਿਆਂ ਨੂੰ ਸਪਸ਼ਟ ਹੋ ਗਿਆ ਚਾਨਣ ਹੋ ਗਿਆ ਕਿ ਸਰਕਾਰ ਕਿਹੜੇ ਪਾਸੇ ਖੜੀ ਆ ਦੋ ਤਿੰਨ ਮੁੱਦਿਆਂ ਦੀ ਧਾਰਨਾ ਦੇ ਨਾਲ ਹੀ ਸਮਝਣ ਦੀ ਕੋਸ਼ਿਸ਼ ਕਰੀਏ ਤੇ ਕਰਾਵਾਂਗੇ ਵੀ ਕਿ ਤਰਨਤਾਰਨ ਵਾਲੇ ਐਸਐਸਪੀ ਨੇ ਜੇ ਕਾਰਵਾਈ ਕੀਤੀ ਐਮਐਲਏ ਦੇ ਜੀਜੇ ਦੇ ਉੱਤੇ ਤਾਂ ਉਹ ਬਦਲੀ ਰੋਪੜ ਵਾਲੇ ਦੀ ਬਦਲੀ ਨਹੀਂ ਇੱਥੋਂ ਇਹ ਕਲੀਅਰ ਜਾਂ ਹੁੰਦਾ ਨਜ਼ਰ ਆ ਰਿਹਾ ਹੈ ਕਿ ਗੈਰਕਾਨੂੰਨੀ ਮਾਈਨਿੰਗ ਨੂੰ ਲੈ ਕੇ ਹਰੀ ਝੰਡੀ ਮਲਕੀ ਸਰਕਾਰ ਦੀ ਇਹ ਸਮਝਿਆ ਜਾਵੇ ਤੁਕ ਇਹ ਸਮਸਲੇ ਦੇ ਵਿੱਚ ਵਿਰੋਧੀਆਂ ਨੇ ਬਹੁਤ ਘੇਰ ਲਿਆ ਸਰਕਾਰ ਨੂੰ ਮੈਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਨਾ ਸ਼੍ਰੋਮਣੀ ਕਾਲੀ ਦਲ ਦਾ ਇੱਕ ਫੇਸਬੁੱਕ ਤੇ ਟਵਿੱਟਰ ਤੇ ਇੱਕ ਜਲਦਾ ਬਿਗ ਬਾਸ ਉਹਦੇ ਚ ਆਮ ਆਦੀ ਪਾਰਟੀ ਦੇ ਲੀਡਰਾਂ ਦੀ ਫੋਟੋ ਲਾਈ ਹੈ ਗਿਆ ਬਿਗ ਬਾਸ ਚਾਹੁੰਦੇ ਨੇ ਉਹਦੇ ਬਿਗ ਬਾਸ ਦੇ ਵਿੱਚ ਸਾਰਿਆਂ ਨੂੰ ਪਤਾ ਕੌਣ ਬਿਗ ਬਾਸ ਹੈ ਤੇ ਮੈਨੂੰ ਲੱਗਦਾ ਕਿ ਤੇ ਸ਼੍ਰੋਮਣੀ ਕਾਲੀ ਦਲ ਜਾਂ ਕਾਂਗਰਸ ਪਾਰਟੀ ਕੋਈ ਨਵੀਂ ਫਿਲਮ ਨਾ ਬਣਾ ਦੇਣ ਜੀਜਾ ਜੀ ਚੜ੍ਹਦੀ ਕਲਾ ਦੇ ਵਿੱਚ ਨਾ ਨਹੀਂ ਜੀ ਜੀਜਾ ਸਾੜੇ ਦੀ ਫਿਲਮ ਆ ਜੇ ਵੈਸੇ ਪੰਜਾਬ ਦੀ ਸਿਆਸਤ ਵੀ ਅਜੀਬ ਹੈ ਜੀਜੇ ਸਾੜੇ ਦੀ ਸਿਆਸਤ ਨੇ ਪੰਜਾਬ ਦਾ ਨੁਕਸਾਨ ਵੀ ਬੜਾ ਕੀਤਾ ਹੈਗਾ ਹੁਣ ਸਵਾਲ ਇਸ ਇਹ ਵਾਲਾ ਮਸਲਾ ਆ ਗਿਆ ਕਿ ਤਰਨਤਾਰਨ ਤੋਂ ਜਿਹੜੇ SSP ਬਦਲੇ ਆ ਗਿਨੇ ਵੈਸੇ ਆਮ ਆਦੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਗਾਰੰਟੀ ਦਿੱਤੀ ਸੀ ਕਿ ਅਸੀਂ ਅਕਸਾਈ ਦੇ ਵਿੱਚੋਂ ਵੀ 30 ਹਰ ਕਰੋੜ ਰੁਪਇਆ ਇਕੱਠਾ ਕਰਾਂਗੇ ਤੇਰੇਤਾ ਜੋ ਵੀ 20000 ਕਰੋੜ ਰੁਪਇਆ ਇਕੱਠਾ ਕੱਢਾਂਗੇ ਮਤਲਬ ਪੰਜਾਬ ਦੀ ਜਨਤਾ ਦਾ 50000 ਕਰੋੜ ਰੁਪਇਆ ਤੇ 6 ਮਹੀਨੇ ਹੋਰ ਲਾ ਲੋ 25 75000 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਦੱਸਣਾ ਚਾਹੀਦਾ ਪੰਜਾਬ ਦੀ ਜਨਤਾ ਨੂੰ ਦੱਸੋ ਵੀ ਉਹ 75000 ਕਰੋੜ ਰੁਪਇਆ ਕਿੱਥੇ ਗਿਆ ਕਿਉਂਕਿ ਸੁਖ ਨਾਲ ਕੇਜਰੀਵਾਲ ਸਾਹਿਬ ਤੇ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਬਹੁਤ ਕੀਤਾ ਭਗਵੰਤ ਸਿੰਘ ਸਾਹਿਬ ਦੇਤੇ ਹੱਦੋਂ ਵੱਧ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਕਿ ਵਾਕੇ ਉਹ ਪਿਛਲੀਆਂ ਸਰਕਾਰਾਂ ਰੇਤਾ ਤੇ ਸ਼ਰਾਬ ਦੇ ਵਿੱਚੋਂ ਪੈਸੇ ਖਾਂਦੀਆਂ ਰਹੀਆਂ ਨੇ ਇਹਨਾਂ ਨੇ 50000 ਕਰੋੜ ਰੁਪਏ ਕਿਹਾ 30 ਉਹਦੇ ਚੋਂ 20 ਉਹਦੇ 18 ਮਹੀਨੇ ਮਤਲਬ 75000 ਕਰੋੜ ਰੁਪਏ ਤੇ ਸਾਡਾ 75000 ਕਰੋੜ ਰੁਪਏ ਸਾਨੂੰ ਦੇਣਾ ਚਾਹੀਦਾ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹੀਦਾ ਹੁਣ ਸਭ ਤੋਂ ਵੱਡਾ ਕਿੰਨਾ ਕਰਜ਼ਾ ਪੰਜਾਬ ਤੇ ਸਵਾ 3 ਲੱਖ ਕਰੋੜ ਰੁਪਏ ਤੇ ਸਾਡਾ ਤੇ 75000 ਕਰੋੜ ਰੁਪਏ ਅਸੀਂ ਤੇ ਭਾਰਤ ਸਰਕਾਰ ਨੂੰ ਮੋਦੀ ਸਾਹਿਬ ਨੂੰ ਵੀ ਕਰਜ਼ਾ ਦੇ ਸਕਦੇ ਅਸੀਂ ਤੇ ਹਿਮਾਚਲ ਨੂੰ ਕਰਜ਼ਾ ਦੇ ਸਕਦੇ ਆ ਉਹ ਦਿਨ ਹਰਪਾਲ ਸਿੰਘ ਚੀਮਾ ਵੀ ਦੱਸ ਰਿਹਾ ਕਿ ਸਾਰੇ ਸਟੇਟਾਂ ਦੇ ਕਰਜ਼ੇ ਤੇ ਸਾਡਾ ਦੇ 18 ਮਹੀਨੇ ਦਾ 75000 ਕਰੋੜ ਰੁਪਏ ਅਸੀਂ ਤਾਂ ਪੂਰਾ ਹਿੰਦੁਸਤਾਨ ਖਰੀਦ ਲਈ ਹਰਿਆਣਾ ਖਰੀਦ ਲਈਆ ਹਿਮਾਚਲ ਖਰੀਦ ਲਿਆ Rajasthan ਖਰੀਦ ਲਿਆ Delhi ਖਰੀਦ ਲਿਆ UP ਖਰੀਦ ਲਿਆ Bihar ਖਰੀਦ ਤੇ 75000 ਕਰੋੜ ਥੋੜਾ ਹੁੰਦਾ ਹੁਣ ਸਵਾਲ ਇਹ ਉਹ ਗਿਆ ਕਿੱਥੇ ਹੁਣ ਮਸਲਾ ਆ ਗਿਆ ਕਿ ਮਾਈਨਿੰਗ ਦੇ ਵਿੱਚ ਇਹਨਾਂ ਨੇ ਕਿਹਾ ਹੈ ਮਾਈਨਿੰਗ ਜਿਹੜੀ ਹੈ ਗੈਰ ਕਾਨੂੰਨੀ ਹੈ ਸੇ ਬੰਦ ਕਰ ਦੇਣੀ ਹੈਗੀ ਪਰ ਪਿਛਲੇ April ਮਹੀਨੇ ਤੋਂ ਲੈ ਕੇ April May June July August September ਇਹਨਾਂ ਪੰਜਾਂ ਮਹੀਨਿਆਂ ਦੇ ਵਿੱਚ ਦੋ SSP ਇਸ ਕਰਕੇ ਟੰਗ ਦਿੱਤੇ ਗਏ ਦੋ SSP ਨੂੰ ਇਸ ਕਰਕੇ ਸਜ਼ਾ ਦਿੱਤੀ ਗਈ ਕਿਉਂਕਿ ਉਹਨਾਂ ਨੇ ਸਰਕਾਰ ਦੇ ਨਾਲ ਜਿਹੜੇ ਰਿਲੇਟਡ ਲੋਕ ਸੀ ਜਿਹੜੇ ਮਾਈਨਿੰਗ ਕਰਦੇ ਸੀ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਤੇ ਸੀ ਇਸ ਕਰਕੇ ਉਹਨਾਂ ਨੂੰ ਬਦਲ ਦਿੱਤਾ ਹੁਣ ਹਾਈਲਾਈਟ ਇਸ ਕਰਕੇ ਗੁਰਮੀਤ ਸਿੰਘ ਚੋਹਾਨ ਹੋ ਗਿਆ ਕਿਉਂਕਿ ਉਹਨੇ ਇੱਕ ਐਮਐਲਏ ਦੇ ਜੀਜੇ ਦੇ ਖਿਲਾਫ ਪਰਚਾ ਦਰਜ ਕਰ ਦਿੱਤਾਗਾ ਉਹਨਾਂ ਦੀ ਅਣਖੰਦੀ ਸਵਾਲ ਆ ਗਿਆ ਉਹਨਾਂ ਦੀ ਇੱਜ਼ਤ ਦਾ ਸਵਾਲ ਆ ਗਿਆ ਕਿ ਸਾਡੇ ਪਰੌਣੇ ਦੇ ਖਿਲਾਫ ਪਰਚਾ ਦਰਜ ਹੋ ਗਏ ਸਾਡੀ ਦੇ ਨਾ ਕਿ ਤੇ ਕੁੜੀ ਘਰ ਤੋੜ ਦੇ ਪੇ ਜਾਓ ਇਹੋ ਜੇ ਮੇਰੇ ਸਾਲੇ ਦਾ ਜੇ ਐਮਐਲਏ ਬਣਨ ਦਾ ਕੀ ਫਾਇਦਾ ਜੇ ਉਹਨਾਂ ਦਾ ਭਣਵਈਆ ਹੀ ਪੁਰਸ ਨੇ ਫੜ ਲਿਆਗਾ ਉਦੋਂ ਤੇ ਮਰਨਾ ਜੀ ਨਾਲ ਇੱਕ ਬਰਾਬਰ ਹੋ ਗਿਆ ਇਹਨਾਂ ਤੋਂ ਪਹਿਲਾਂ ਗੁਰਮੀਤ ਸਿੰਘ ਚੋਹਾਨ ਤੋਂ ਪਹਿਲਾਂ ਦੇਖੋ ਗੁਰਮੀਤ ਸਿੰਘ ਚੋਹਾਨ ਨੂੰ ਮੈਨੂੰ ਲੱਗਦਾ ਕਿ ਪੁਲਿਸ ਵਾਲਿਆਂ ਨੂੰ ਇੱਕ ਰਾਸ਼ਪਤੀ ਮੈਡਲ ਮਿਲਦਾ ਜਾਂ ਡੀਜੀਪੀ ਡਿਸਕ ਮਿਲਦੀ ਹੈਗੀ ਆ ਜਾਂ ਇੱਕ ਭਾਰਤ ਸਰਕਾਰ ਵੱਲੋਂ ਦਿੱਤਾ ਜਾਂਦਾ ਮੈਡਲ ਹੈ ਨਾ ਪਰ ਕੀ ਉਹਨੂੰ ਕਹਿੰਦੇ ਹੈਗੇ ਨੇ ਮੈਨੂੰ ਲੱਗਦਾ ਕਿ ਇਹ ਜਿਹੜਾ ਮੈਡਲ ਹੈ ਗੁਰਮੀਤ ਸਿੰਘ ਚੋਹਾਨ ਵਾਸਤੇ ਚਾਹੇ ਉਹਨਾਂ ਨੂੰ ਕਲੂ ਪਦਮਸ਼੍ਰੀ ਵੀ ਮਿਲ ਜੇ ਜਿਹੜਾ ਕੱਲ ਤਰਨਤਾਂ ਦੇ ਲੋਕਾਂ ਨੇ ਮੈਡਲ ਦਿੱਤਾ ਹੈਗਾ ਉਹਦਾ ਕੋਈ ਮੁੱਲ ਨਹੀਂ ਹੈਗਾ ਇੰਨਾ ਫੁੱਲਾਂ ਦੇ ਨਾਲ ਉਹਨੂੰ ਤੋਰਿਆ ਹੈਗਾ ਉਹ ਕਮਾਲ ਦਾ ਸੀਨ ਸੀ ਪਰ ਇਹਨਾਂ ਤੋਂ ਪਹਿਲਾਂ ਹਿਸ਼ਾਰਪੁਰ ਦੇ ਐਸਐਸਪੀ ਰਹੇ ਨੇ ਅ ਤਰੂਮਨ ਐਚ ਨਿਲੰਬਲੇ ਮਰਾਠੇ ਨੇ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ ਉਹਨਾਂ ਨੇ ਵੀ ਹਿਸ਼ਾਰਪੁਰ ਦੇ ਵਿੱਚ ਮਾਈਨਿੰਗ ਕਰਨ ਵਾਲਿਆਂ ਦਾ ਪਰਦਾ ਫਾਸ਼ ਕਰ ਦਿੱਤਾ ਸੀ ਉਹਨਾਂ ਨੇ ਕਰੀਬ 3 ਕਰੋੜ ਰੁਪਏ ਦੇ ਮਾਈਨਿੰਗ ਨਾਲ ਉਹਨਾਂ ਕੋ ਮਨੀ ਵੀ ਜੱਬਤ ਕੀਤੀ ਸੀ ਸਿਸਟਮ ਨੂੰ ਬੁਰਾ ਲੱਗਾਗਾ ਉਹਨਾਂ ਦੀ ਬਦਲੀ ਕਰ ਦਿੱਤੀ ਹੈਗੀ ਲੇਕਿਨ ਉਹ ਮਰਾਠਾ ਪੰਜਾਬੀਆਂ ਦਾ ਤੇ ਮਰਾਠੀਆਂ ਦਾ ਸੁਭਾਅ ਇੱਕੋ ਹੀ ਆ ਦੋਨੇ ਅਣਖਾਲੇ ਨੇ ਇਹ ਖਾਸੀਅਤ ਮਰਾਠੇ ਪੰਜਾਬੀ ਤੇ ਬੰਗਾਲੀ ਅਣਖ ਤੇ ਜ਼ਮੀਰਾਂ ਵਾਲੇ ਲੋਕ ਨੇ ਉਹਦੇ ਵੀ 8 ਸਾਲ ਦੀ ਸਰਵਿਸ ਹੋ ਗਈ ਪੰਜਾਬ ਦੇ ਵਿੱਚ 8 ਸਾਲਾਂ ਦੇ ਵਿੱਚ 18 ਵਾਰੋਂ ਦੀ ਤਬਾਦਲਾ ਹੋ ਗਿਆ ਉਹਨੂੰ ਪਤਾ ਪੰਜਾਬ ਚ ਨਿਭਣੀ ਤੇ ਹੈ ਨਹੀਂ ਆਪਣੀ ਇਸ ਕਰਕੇ ਉਹ ਸੈਂਟਰ ਡੈਪੂਟੇਸ਼ਨ ਤੇ ਚਲਾ ਗਿਆ ਅੱਜ ਕੱਲੋਂ ਸੈਂਟਰ ਦੇ ਵਿੱਚ ਚਲੇ ਗਿਆ ਗਏ ਨੇ ਤੇ ਕਈ ਇੱਥੇ ਆ ਗਏ ਕਿ ਪਿਛਲੇ 28-28 ਸਾਲ ਤੋਂ 20-20 ਸਾਲ ਤੋਂ 15-15 ਸਾਲ ਤੋਂ 16-16 ਸਾਲ ਤੋਂ ਐਸਐਸਪੀ ਡੀਆਈਜੀ ਲੱਗੇ ਹੋਏ ਨੇ ਤੇ ਇੱਕ ਬੰਦਾ 8 ਸਾਲਾਂ ਦੀ ਸਰਵਿਸ ਦੇ ਵਿੱਚ 18 ਵਾਰੋਂ ਦੀ ਬਦਲੀ ਹੋ ਗਈ ਇਹ ਸਮਝੋਤਾਵਾਦੀ ਪੰਜਾਬ ਦੇ ਵਿੱਚ ਮੇਰਾ ਕਹਿਣ ਦਾ ਮਤਲਬ ਹੈ ਸਮਝੋਤਾਵਾਦੀ ਅਫਸਰਾਂ ਦੇ ਜਿਹੜੇ ਦੇ ਸਰਕਾਰ ਨਾਲ ਮਿਲ ਕੇ ਚੱਲਦੇ ਨੇ ਜਿਹੜੇ ਸਿਸਟਮ ਨੂੰ ਜਾਂ ਪੋਲੀਟੀਕਲ ਪਾਰਟੀਆਂ ਨੂੰ ਪੈਸਾ ਬਣਾ ਕਹਿੰਦੇ ਕਿ ਤੁਸੀਂ ਵੀ ਬਣਾਓ ਅਸੀਂ ਵੀ ਬਣਾਉਦੇ ਤੁਸੀਂ ਵੀ ਮੌਜਾਂ ਕਰੋ ਤੁਸੀਂ ਵੀ ਐਸ਼ ਕਰੋ ਚਲੋ ਰਾਤ ਨੂੰ ਪੈਗ ਸ਼ੈਗ ਵੀ ਲਾਉਂਦੇ ਨੇ ਇਕੱਠੀ ਮਾਉਂਟ ਵੀ ਕਰਦੇ ਫਲਾਨੀ ਕਲੋਨੀ ਚ ਆਪਾਂ ਹਿੱਸਾ ਵੀ ਪਾਵਾਂਗੇ ਆਪਾਂ ਵੀ ਜ਼ਮੀਨ ਲਵਾਂਗੇ ਕਿਸੇ ਇੰਸਟੀਚਿਊਟ ਚ ਵੀ ਚਲਾਵਾਂਗੇ ਕਿਦੇ ਉਹਦੇ ਵੀ ਪੈਸੇ ਚਲਾਵਾਂਗੇ ਉਹ ਸਿਸਟਮ ਇਸ ਕਰਕੇ ਅੱਜ ਤੋਂ ਬਾਅਦ ਅਗਰ ਜੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਸਖਤ ਆ ਉਹ ਝੂਠ ਗੱਲ ਹੋਊਗੀ ਕਿਉਂਕਿ ਤੁਸੀਂ ਦੋ ਉਹ ਐਸਐਸਪੀ ਬਦਲੇ ਨੇ ਜਿਨ੍ਹਾਂ ਨੇ ਗੈਰਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਆਪਣੀ ਐਕਸ਼ਨ ਕੀਤਾ ਤਾਂ